ਹਾਂਜੀ ਮਿੱਤਰੋ, ਕਿਵੇਂ ਹੋ, ਕੀ ਹਾਲ ਚਾਲ ਨੇ? ਅਤੇ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਿਓ। ਇਹ ਆਪਣੇ ਅਸ਼ੀਲ ਮੁਰਗੇ ਮੁਰਗੀ ਨੇ, ਜਾਨਵਰ ਨੇ। ਇਹ ਦੇਖੋ ਜੀ, ਅਤੇ ਇਹ ਇਹਨਾਂ ਦਾ ਖੁੱਡਾ ਹੈ, ਤੁਸੀਂ ਦੇਖ ਸਕਦੇ ਹੋ। ਕਿਉਂਕਿ ਜਾਨਵਰ ਸੀ ਪਹਿਲਾਂ 7 ਅਤੇ ਰਹਿ ਗਏ 3, ਕਿਉਂਕਿ 4 ਜਾਨਵਰ ਹੈ ਨਾ ਜਿਹੜੇ, ਉਹ ਸੰਪ ਨੇ ਮਾਰ ਦਿੱਤੇ ਅਤੇ ਹੁਣ ਰਹੇ ਹੈ 3 ਜਾਨਵਰ। ਅਤੇ 2 ਜਾਨਵਰ ਇਹ ਹੋ ਚੁੱਕੇ 6 ਮਹੀਨੇ 10 ਦਿਨ ਦੇ, ਅਤੇ 1 ਜਾਨਵਰ ਛੋਟਾ ਹੈ। ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ। ਅਤੇ ਮਿੱਤਰੋ, ਅੱਜ ਇਹਨਾਂ ਨੂੰ ਥੋੜ੍ਹਾ ਖਾਣਾ ਦਿੱਤਾ ਹੈ, ਤਾਂ ਕਰਕੇ ਮਤਲਬ ਪਸ਼ੂਆਂ ਦੇ ਚਿੰਚੜ ਜਿਹੜੇ ਤੋੜ ਰਹੇ ਨੇ, ਨਹੀਂ ਤਾਂ ਇਹ ਪਸ਼ੂਆਂ ਦੇ ਨੇੜੇ ਵੀ ਨਹੀਂ ਆਉਂਦੇ। ਜਦੋਂ ਇਹਨਾਂ ਨੂੰ ਖੁਰਾਕ ਪੂਰੀ ਮਿਲ ਜਾਂਦੀ ਹੈ ਨਾ, ਤਾਂ ਫਿਰ ਇਹ ਕਿਸੇ ਨੂੰ ਨਹੀਂ ਗੋਲਦੇ, ਪਸ਼ੂਆਂ ਦੇ ਨੇੜੇ ਨਹੀਂ ਆਉਂਦੇ। ਇਸ ਕਰਕੇ ਇਹਨਾਂ ਨੂੰ ਥੋੜ੍ਹਾ ਖਾਣਾ ਦਿੱਤਾ ਹੈ, ਹਿਸਾਬ ਦੀ ਡਾਈਟ ਦਿੱਤੀ ਹੈ। ਅਤੇ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰ ਦਿਓ। ਚੱਲ 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 ਉਹ ਦੇਖ ਸਕਦੇ ਹੋ ਤੁਸੀਂ, ਉੱਥੇ ਚਾਟ ਪਏ, ਅਤੇ ਉਹ ਚਾਟ ਦੇ ਨੇੜੇ ਜਾ ਕੇ ਖੜੀ ਹੈ, ਦੇਖ ਰਹੀ ਹੈ ਕਿਵੇਂ
ਖਾਇਆ ਜਾ ਸਕਦਾ ਹੈ। ਮੁਰਗੀ ਆ ਉਹ, ਅਤੇ ਇਹ ਹੈ ਮੁਰਗਾ, ਅਤੇ ਇਹ ਵੀ ਮੁਰਗੀ ਹੈ ਛੋਟੀ ਹੈ। ਅਤੇ ਆਪਣੇ ਕੋਲ ਤਿੰਨ ਜਾਨਵਰ ਨੇ ਮਿੱਤਰੋ, ਚੱਲ। ਅਤੇ ਬਾਕੀ ਜਿਹੜੇ ਚਾਰ ਸੀ ਉਹ ਮਾਰ ਦਿੱਤੇ ਯਾਰ, ਸੱਪ ਨੇ, ਬੜਾ ਦੁੱਖ ਹੋਇਆ ਉਹਨਾਂ ਦਾ। ਨਹੀਂ ਤਾਂ ਚਾਰ ਹੋਰ ਜਾਨਵਰ ਹੋਣੇ ਸੀ, ਪਹਿਲੀ ਵਾਰ ਲੈ ਕੇ ਆਇਆ ਸੀ ਮੈਂ। ਅਤੇ ਇਹਨਾਂ ਦਾ ਸੌਂਕ ਹੀ ਅਵੱਲਾ ਹੁੰਦਾ ਹੈ ਮਿੱਤਰੋ, ਪਿਆਰੇ ਲੱਗਦੇ ਹੈ। ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਡੇਲੀ ਵੀਡੀਓ ਹੈ ਜਿਹੜੀ ਪਾ ਦੇਣਾ। ਹਾਂਜੀ, ਧੰਨਵਾਦ।